ਬੜੇ ਜ਼ਿਆਦੇ ਜ਼ਿਮੀਂਦਾਰਾਂ ਦੇ ਨਾਲ ਇਹ ਹੁੰਦਾ ਹੈ ਕਿ ਉਹਨਾਂ ਦਾ ਝੋਨਾ ਵੇਖਣ ਨੂੰ ਪਹਿਲਾਂ ਬੜਾ ਜ਼ਿਆਦਾ ਸੋਹਣਾ ਲੱਗਦਾ ਹੈ ਪਰ ਐਂਡ ਤੇ ਜਾ ਕੇ ਜਦੋਂ ਉਹਨੂੰ ਵੱਢਿਆ ਜਾਂਦਾ ਹੈ ਤਾਂ ਉਹਦੇ ਵਿੱਚੋਂ ਫੋਕ ਦੀਆਂ ਟਰਾਲੀਆਂ ਜ਼ਿਆਦੀਆਂ ਨਿਕਲਦੀਆਂ ਨੇ ਫੱਕ ਬਣ ਜਾਂਦੀ ਏ ਦਾਣੇ ਥੋਥੇ ਰਹਿ ਜਾਂਦੇ ਨੇ ਜਿਹਦੇ ਕਾਰਨ ਝੋਨਾ ਸੋਹਣਾ ਹੋਣ ਦੇ ਬਾਵਜੂਦ ਵੀ ਉਹਨਾਂ ਜ਼ਿਮੀਂਦਾਰਾਂ ਦਾ ਝਾੜ ਜਿਹੜਾ ਝੋਨੇ ਦਾ ਘਟ ਜਾਂਦਾ ਹੈ ਸੋ ਇਹ ਇੰਨੀ ਜਿਆਦਾ ਫੋਕ ਬਣਨ ਦੇ ਪਿੱਛੇ ਜਾਂ ਫੱਕ ਥੋੜੀ ਵੀ ਬਣਦੀ ਹੈ ਤਾਂ ਫੱਕ ਬਣਨ ਦੇ ਪਿੱਛੇ ਅਸਲ ਦੇ ਵਿੱਚ ਕਿਹੜੇ ਕਿਹੜੇ ਕਾਰਨ ਹੁੰਦੇ ਨੇ ਕਿੰਨਾਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਨ ਸਾਰੇ ਸਮੇਂ ਇਸ ਵੀਡੀਓ ਦੇ ਵਿੱਚ ਉਹ ਚੀਜ਼ਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਹੜੇ ਕਿਸਾਨ ਨਵੇਂ ਆਏ ਨੇ ਆਪਣੇ ਚੈਨਲ ਦੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਜੜੀ ਜ਼ਰੂਰ ਉਹਨੂੰ ਦਬਾ ਲਓ ਝੋਨੇ ਦਾ ਪਹਿਲਾਂ ਸਭ ਤੋਂ ਜ਼ਿਆਦਾ ਫਟਾਰਾ ਕਰਾਉਣ ਦੇ ਉੱਤੇ ਜ਼ੋਰ ਲੱਗ ਜਾਂਦਾ ਹੈ ਉਹਦੇ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੀਆਂ ਰੀਆ ਸਪ੍ਰੇਆਂ ਪਾਉਣ ਤੋਂ ਬਾਅਦ ਦੇ ਵਿੱਚ ਵੀ ਜੇ ਝੋਨਾ ਵੱਡਣ ਬਾਦ ਫੂਕ ਉਹਦੇ ਵਿੱਚ ਬਣ ਜਾਵੇ ਤਾਂ ਇਹ ਇੱਕ ਬੜੀ ਜ਼ਿਆਦੀ ਦੁਖਦਾਇਕ ਤੇ ਬੜੀ ਮੁਸ਼ਕਲ ਸਥਿਤੀ ਹੁੰਦੀ ਹੈ ਜ਼ਿੰਮੇਵਾਰਾਂ ਦੇ ਵਾਸਤੇ 6 ਮਹੀਨੇ ਜਿਹੜੇ ਦਾਣਿਆਂ ਨੂੰ ਪਕਾਉਣ ਦੇ ਉੱਤੇ ਲਾਇਆ ਸੀ ਅਸਲ ਦੇ ਵਿੱਚ ਉਹ ਦਾਣੇ ਜਿਹੜੇ ਨੇ ਆਪਣੇ ਹਾਥੀ ਨਹੀਂ ਆਉਂਦੇ ਹੁਣ ਤੱਕ ਜਿਹੜੀਆਂ ਜੜੀਆਂ ਗੱਲਾਂ ਨੋਟ ਕੀਤੀਆਂ ਗਈਆਂ ਨੇ ਝੋਨੇਆਂ ਦੇ ਵਿੱਚ ਜ਼ਿਆਦਾਤਰ ਫੋਕ ਬਣਨ ਦੇ ਪਿੱਛੇ 80% ਫੋਕ ਆਪਾਂ ਆਪ ਹੀ ਬਣਾ ਲੈਂਦੇ ਆਂ ਕੁਝ ਗਲਤੀਆਂ ਕਰਕੇ ਤੇ ਵਿੱਚੋਂ 20% ਜਿਹੜੀ ਐ ਉਹ ਕੁਦਰਤ ਦੇ ਉੱਤੇ ਡਿਪੈਂਡ ਹੁੰਦਾ ਹੈ ਕਈ ਵਾਰੀ ਜਿਆਦਾ ਅਨਸਾਰੇ ਸਮੇਂ ਨੇਹਰ ਚੱਲ ਜਾਣਾ ਜਦੋਂ ਬੂਰ ਪਿਆ ਹੁੰਦਾ ਹੈ ਝੋਨੇ ਨੂੰ ਤਾਂ ਉਸ ਕਾਰਨ ਵੀ ਝੋਨੇ ਦੇ ਵਿੱਚ ਫੋਕ ਜਿਹੜੀ ਜ਼ਿਆਦਾ ਬਣ ਜਾਂਦੀ ਏ ਜੇਕਰ ਆਪਾਂ ਗੱਲ ਕਰਦੇ ਆਂ ਆਪਾਂ ਕਿਹੜੀਆਂ ਕਿੜੀਆਂ ਗਲਤੀਆਂ ਕਰਦੇ ਆਂ ਜਿਨ੍ਹਾਂ ਦੇ ਕਾਰਨ ਫੋਕ ਜ਼ਿਆਦਾ ਬਣਦੀ ਏ ਸਭ ਤੋਂ ਪਹਿਲੇ ਨੰਬਰ ਤੇ ਝੋਨੇ ਦੇ ਵਿੱਚ ਬੂਰ ਪੈਣ ਸਮੇ ਪਾਣੀ ਸੁੱਕਣਾ ਨਹੀਂ ਚਾਹੀਦਾ ਕਦੇ ਵੀ ਜੇਕਰ ਜ਼ਮੀਨ ਚਿੱਟੀ ਹੋ ਜਾਂਦੀ ਏ ਤਾਂ ਤੁਸੀਂ ਲੱਖ ਸਪ੍ਰਿਆ ਵੀ ਉੱਤੇ ਕਰ ਦਿਓ ਤੁਹਾਡੇ ਝੋਨੇ ਦੇ ਵਿੱਚ ਫੋਗ ਜਿਹੜੀ ਬਣ ਹੀ ਜਾਣੀ ਏ ਜੇਕਰ ਬੂਰ ਪੈਣ ਟਾਈਮ ਇੱਕ ਵਾਰ ਵੀ ਤੁਹਾਡੀ ਜ਼ਮੀਨ ਜਿਹੜੀ ਚਿੱਟੀ ਹੋ ਜਾਂਦੀ ਏ ਇਹਦੇ ਤੋਂ ਬਾਅਦ ਦੇ ਵਿੱਚ ਅਗਲੇ ਨੰਬਰ ਵਾਲੀ ਜਿਹੜੀ ਗਲਤੀ ਹੈ ਇਹਨੂੰ ਦਾ ਲਗਭਗ ਬਹੁਤ ਜ਼ਿਆਦਾ ਜ਼ਿੰਮੇਦਾਰ ਕਰਦੇ ਹੀ ਕਰਦੇ ਨੇ ਉਹ ਹੈ ਜੀ ਨਸਾਰੇ ਸਮੇ ਜਦੋਂ ਝੋਨੇ ਨੂੰ ਬੂਰ ਪਿਆ ਹੁੰਦਾ ਹੈ ਤਾਂ ਉਦੋਂ ਆਪਾਂ ਟੋਕ ਲੈ ਚੁੱਕ ਲੈਨੇ ਆ ਢੋਲੀ ਢੋਲੀ ਚੁੱਕ ਕੇ ਚੋਨੇ ਦੇ ਉੱਤੇ ਕਰ ਦਿੰਨੇ ਆ ਸਪਰੇ ਉਹ ਜਿਹੜੀ ਆਪਾਂ ਸਪਰੇ ਕਰਦੇ ਆ ਉਹਦੇ ਨਾਲ ਪ੍ਰਾਗਣ ਦੀ ਕਿਰਿਆ ਵੀ ਪ੍ਰਭਾਵਤ ਹੁੰਦੀ ਏ ਤੇ ਜੇਕਰ ਉਹ ਸਪਰੇ ਤੁਸੀਂ ਕੋਈ ਖੁਸ਼ਕ ਕਰ ਦਿੱਤੀ ਤਾਂ ਉਹ ਦਾਣੇ ਦੀ ਜਿਹੜੀ ਤਾਜੀ ਸ਼ੈਲ ਜਿਹੜੀ ਬਾਹਰ ਨਿਕਲੀ ਏ ਵਿੱਚੋਂ ਸੀਥ ਦਿਓ ਉਦੜੀ ਸ਼ੈਲ ਖਰਾਬ ਹੋ ਜਾਂਦੀ ਹੈ ਤੇ ਉਹ ਦਾਣਾ ਜਿਹੜਾ ਫੋਕ ਬਣ ਜਾਂਦਾ ਹੈ ਝੋਨੇ ਦੇ ਵਿੱਚ ਨਸਾਰੇ ਤੋਂ ਪਹਿਲਾਂ ਜਦੋਂ ਨਾਲੀਆਂ ਫੁੱਲੀਆਂ ਹੋਣ ਤਾਂ ਉਸ ਸਮੇਂ ਐਨਪੀਕੇ ਦੀ ਇੱਕ ਸਪਰੇ ਜਿਹੜੀ ਆਪਾਂ ਨੂੰ ਲਾਜ਼ਮੀ ਝੋਨੇ ਦੇ ਉੱਤੇ ਕਰ ਦੇਣੀ ਚਾਹੀਦੀ ਹੈ ਐਨਪੀਕੇ 13 0 45 ਦੀ ਸਪਰੇ ਜਿਹਦੇ ਨਾਲ ਪੋਟਾਸ਼ ਜਿਹੜੀ ਹੈ ਜਾਂ ਨਾਈਟ੍ਰੋਜਨ ਜਿਹੜੀ ਹੈ ਝੋਨੇ ਦੇ ਵਿੱਚ ਇੱਕ ਵਾਰ ਦੁਬਾਰੇ ਜਾਨ ਪਾ ਦਿੰਦੇ ਨੇ ਮੁੰਜਰ ਬਿਲਕੁਲ ਇੱਕੋ ਜੀ ਬਾਹਰ ਨਿਕਲਦੀ ਹੈ ਮੁੰਦਰਾ ਅੜਦੀਆਂ ਨਹੀਂ ਗਈਆਂ ਜਿਵੇਂ ਇਸ ਵਾਰ ਬੜੇ ਜ਼ਿਆਦੇ ਪੰਜਾਬ ਦੇ ਵਿੱਚੋਂ ਬਹੁਤ ਸਾਰੀਆਂ ਸ਼ਿਕਾਇਤਾਂ ਆਦਾਂ ਦੀਆਂ ਆਈਆਂ ਨੇ ਕਿ ਮੁੰਦਰਾ ਆੜਾੜ ਕੀ ਬਾਹਰ ਨਿਕਲਦੀਆਂ ਨੇ ਜੇਕਰ ਆਪਾਂ ਪੋਟਾਸ਼ ਦੀ ਸਪਰੇ ਐਨਪੀਕੇ 13 0 45 ਦੀ ਖਾਸ ਕਰਕੇ ਕਰਦੇ ਆ ਤਾਂ ਇਹ ਜਿਹੜੀ ਦਿੱਕਤ ਆਪਾਂ ਨੂੰ ਨਹੀਂ ਵੇਖਣ ਨੂੰ ਮਿਲਦੀ ਤੇ ਨਾਲ ਦੀ ਨਾਲ ਝੋਨੇ ਦੇ ਵਿੱਚੋਂ ਫੂਕ ਬਣਨੀ ਜਿਹੜੀ ਇਹ ਬੜੇ ਜ਼ਿਆਦੇ ਹੱਦ ਤੱਕ ਘਟ ਜਾਂਦੀ ਏ ਜੇ ਆਪਾਂ ਨਸਾਰੇ ਤੋਂ ਪਹਿਲਾਂ ਇਸ ਹਨ ਵੀ ਕੇ ਦੀ ਵਰਤੋਂ ਕਰਦੇ ਆ ਜੇਕਰ ਤੁਹਾਡੇ ਛੋਨੇ ਨੂੰ ਬੂਰ ਪਿਆ ਹੋਵੇ ਤਾਂ ਪੂਰਾ ਜਿਆਦਾ ਚੱਲ ਜਾਵੇ ਬਹੁਤੀ ਰਫਤਾਰ ਦੇ ਵਿੱਚ ਚੱਲ ਜਾਵੇ ਤਾਂ ਉਹਦੇ ਨਾਲ ਵੀ ਪ੍ਰਭਾਵਿਤ ਹੋ ਜਾਂਦਾ ਹੈ ਪ੍ਰਾਗਣ ਜਿਹੜਾ ਉਹਦੇ ਕਾਰਨ ਵੀ ਫੋਗ ਛੋਨਿਆਂ ਦੇ ਵਿੱਚ ਜਿਆਦਾ ਬਣ ਜਾਂਦੀ ਏ ਜੇਕਰ ਗਰਮੀ ਜਿਆਦਾ ਪੈ ਜਾਵੇ ਉਸ ਕਾਰਨ ਵੀ ਛੋਨਿਆਂ ਦੇ ਵਿੱਚ ਫੋਗ ਜਿਆਦਾ ਬਣ ਜਾਂਦੀ ਏ ਤੇ ਗਰਮੀ ਦੇ ਨਾਲ ਜੇਕਰ ਪੂਰਾ ਚੱਲਦਾ ਹੋਵੇ ਤਾਂ ਫਿਰ ਬਹੁਤ ਜ਼ਿਆਦਾ ਫੋਗ ਕੁਝ ਸੀਜ਼ਨ ਦੇ ਵਿੱਚ ਆਪਾਂ ਨੂੰ ਝੋਨੇਆਂ ਦੇ ਵਿੱਚ ਵੇਖਣ ਨੂੰ ਮਿਲਦੀ ਏ। ਇਹਦੇ ਤੋਂ ਇਲਾਵਾ ਜੇ ਆਪਣੇ ਝੋਨੇ ਦੇ ਵਿੱਚ ਕੋਈ ਬਿਮਾਰੀ ਆਉਂਦੀ ਏ, ਸੀਥ ਬਲਾਈਟ ਵਰਗੀ ਜਾਂ ਲੀਫ ਬਲਾਸਟ ਵਰਗੀ ਤਾਂ ਉਹਨਾਂ ਦੇ ਕਾਰਨ ਵੀ ਕੁਝ ਹੱਦ ਤੱਕ ਝੋਨੇਆਂ ਦੇ ਵਿੱਚ ਫੋਗ ਜਿਹੜੀ ਬਣ ਜਾਂਦੀ ਏ ਖਾਸ ਕਰਕੇ ਬਾਸਮਤੀਆਂ ਦੇ ਵਿੱਚ ਬਿਮਾਰੀਆਂ ਸਭ ਤੋਂ ਘੱਟ ਪ੍ਰਭਾਵਿਤ ਕਰਦੀਆਂ ਨੇ, ਸਭ ਤੋਂ ਘੱਟ ਫੋਗ ਬਣਦੀ ਏ। ਬਿਮਾਰੀ ਜੇਕਰ ਬਹੁਤ ਜ਼ਿਆਦਾ ਹੱਦ ਤੱਕ ਹੀ ਵੱਧ ਜਾਵੇ ਤਾਂ ਤੁਹਾਡੇ ਝੋਨੇ ਦੇ ਵਿੱਚ ਜ਼ਿਆਦਾ ਫੋਗ ਬਣੇਗੀ। ਥੋੜੀ ਬਹੁਤ ਜਿਹੜੀ ਬਿਮਾਰੀ ਹੈ ਉਹਦੇ ਨਾਲ ਜਿਆਦੀ ਫੋਕ ਨਹੀਂ ਬਣਦੀ ਜਿਆਦੀ ਫੋਕ ਬਣਦੀ ਏ ਜਿਹੜੀਆਂ ਆਪਾਂ ਤਿੰਨ ਵੱਡੀਆਂ ਗਲਤੀਆਂ ਕਰਦੇ ਆ ਝੋਨੇ ਨੂੰ ਨਸਾਰੇ ਸਮੇਂ ਸੋਕਾ ਲਵਾ ਦੇਣਾ ਝੋਨੇ ਦੇ ਵਿੱਚ ਨਸਾਰੇ ਦੇ ਟਾਈਮ ਸਪਰੇਅ ਕਰ ਦੇਣੀ ਤੇ ਨਸਾਰਾ ਹੋਣ ਤੋਂ ਬਾਅਦ ਵਿੱਚ ਖੁਸ਼ਕ ਸਪਰੇਆ ਝੋਨੇ ਦੇ ਉੱਤੇ ਕਰ ਦੇਣੀਆਂ ਜਿਵੇਂ ਕੋਈ ਵੀ ਫੰਗੀਸਾਈਡ ਚਾਹੇ ਤੁਸੀਂ ਲਾ ਸਕਦੇ ਹੋ ਜੇ ਕੋਈ ਇਨਸੈਕਟੀਸਾਈਡ ਹੈ ਜੇ ਉਹ ਜਿਆਦਾ ਖੁਸ਼ਕ ਦਵਾਈ ਦੀ ਤੁਸੀਂ ਵਰਤੋਂ ਕਰਦੇ ਜੇ ਖਾਸ ਕਰਕੇ ਹੌਪਰ ਵਾਲੀਆਂ ਜਿਹੜੀਆਂ ਜਿਆਦਾਤਰ ਖੁਸ਼ਕ ਦਵਾਈਆਂ ਆਉਂਦੀਆਂ ਨੇ ਜਿੰਨਾਂ ਦੇ ਕਾਰਨ ਚੋਣਿਆਂ ਦੇ ਵਿੱਚ ਫੋਕ ਜਿਹੜੀ ਬਣਨ ਦੇ ਚਾਂਸ ਬੜੇ ਜ਼ਿਆਦੇ ਵੱਧ ਜਾਂਦੇ ਨੇ ਸੋ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਦੇ ਉੱਤੇ ਜ਼ਿਕਰ ਆਪਾਂ ਧਿਆਨ ਦਿੰਨੇ ਆ ਤਾਂ ਬਿਲਕੁਲ ਕਦੇ ਵੀ ਫੋਗ ਝੋਨੇ ਦੇ ਵਿੱਚ ਨਹੀਂ ਬਣਦੀ ਥੋੜੀ ਬਹੁਤ ਬਣ ਜਾਣੀ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਪਰ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਜਿਹੜੀ ਫੋਕ ਬਣਦੀ ਏ ਉਹ ਬਿਲਕੁਲ ਘਟ ਜਾਂਦੀ ਏ ਜੇ ਆਪਾਂ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਆ ਬਾਕੀ ਤੁਹਾਡੇ ਕੀ ਵਿਚਾਰ ਨੇ ਤੁਸੀਂ ਸਾਡੇ ਨਾਲ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜਿਹੜੇ ਸਾਂਝੇ ਕਰ ਸਕਦੇ ਜੇ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਹੋਰ ਜ਼ਿੰਮੇਦਾਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਜੇ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ